ਨਸ਼ਾ ਹੀ ਕਰਦੇ ਸੀ ਜੀ ਉਹਨੂੰ ਤਾਂ ਚੰਡੀਗੜ੍ਹ ਰੱਖਿਆ ਸੀ ਨਸ਼ੇ ਤੋਂ ਵੀ ਨਹੀਂ ਹਟਿਆ ਸੀ ਢਿੱਲਾ ਮਿੱਸਾ ਰਹਿੰਦਾ ਸੀ ਫਿਰ ਵੀ ਨਹੀਂ ਹਟਿਆਗਾ ਤਿੰਨੇ ਹੀ ਕਰਦੇ ਆ ਨਸ਼ਾ ਤਿੰਨੇ ਹੀ ਕਰਦੇ ਕਿੰਨੇ ਕਰਦੇ ਕਿੰਨੇ ਡੈਥ ਹੋ ਗਈ ਹਾਂਜੀ ਕਿੰਨੇ ਡੈਥ ਕਿੰਨੇ ਹੋ ਗਈ ਕਿੰਨਿਆਂ ਦੀ ਹੋ ਗਈ ਦੋਵਾਂ ਦੀ ਹੋ ਗਈ ਜੀ ਦੋਵਾਂ ਦੀ ਹਾਂ ਕਿੰਨਾ ਕਿੰਨਾ ਟਾਈਮ ਪਾਸ ਉਹਨਾਂ ਦੀ ਮਹੀਨੇ ਮਹੀਨੇ ਬਾਅਦ ਦੀ ਬਿੱਥੀ ਸੀ ਜੀ ਕਿੰਨੀ ਕਿੰਨੀ ਉਮਰ ਸੀ ਉਮਰ ਇੱਕ ਤਾਂ 20 ਸਾਲਾਂ ਦਾ ਸੀਗਾ ਵੱਡਾ ਤਾਂ ਨਾ ਹੋਊਗੀ ਉਹਦੀ ਇੰਨੀ ਉਮਰ ਇਹਦੀ ਉਮਰ ਤਾਂ ਹੁਣ ਕਿੰਨੇ ਕੁ ਦੀ ਸੀ ਨਿੱਕਾ ਧਾਰ ਕਰ ਹਾਂ ਇਕੱਠਾ ਬਸ ਇੰਨੇ ਕੁ ਸੀ ਜੀ ਤੁਹਾਡੇ ਪਤੀ ਦੀ ਕਦੋਂ ਡੈਥ ਹੋਈ ਹੈ ਉਹਦੀ ਤਾਂ 2 ਸਾਲ ਹੋ ਗਏ ਜੀ 2 ਸਾਲ ਹੋਏ ਨਹੀਂ ਰੱਖੜੀ ਵਾਲੇ ਦਿਨ ਹੋਣਗੇ ਪਾਦਾ ਮਿੰਦਾ ਸੀ ਪਾਣੀ ਲਾਉਣ ਗਿਆ ਸੀ ਹੁਣ ਤਾਂ ਅਟੈਕ ਹੋ ਗਿਆ ਸੀ ਕੰਮ ਕੁੰਮ ਕੀ ਕਰਦੇ ਜੋ ਆਪ ਪੜ੍ਹਦੇ ਸੀ ਕੀ ਕਰਦੇ ਨਹੀਂ ਜੀ ਅਣਪੜ੍ਹੀ ਸੀ ਬੱਚੇ ਪੜ੍ਹਦੇ ਤੁਹਾਡੇ ਕੀ ਕਰਦੇ ਸੀਗੇ ਕੋਈ ਕੰਮ ਕੀ ਕਰਦੇ ਕੰਮ ਜੀ ਆਹੀ ਕਰਦੇ ਸੀਗੇ ਦਿਹਾੜੀ ਦੱਪਾ ਹੀ ਕਰਦੇ ਸੀ ਬਸ ਜੁਟੇ ਆ ਕਿ ਜਿਹੜੀ ਨਸ਼ੇ ਦੀ ਹਵਾ ਸਾਡੇ ਪੰਜਾਬ ਦੇ ਵਿੱਚ ਤੇ ਸਾਡੇ ਪਿੰਡ ਦੇ ਵਿੱਚ ਫੈਲ ਚੁੱਕੀ ਹੈ ਪੰਜਾਬ 'ਚੋਂ ਫੈਲਦੀ ਸਾਡੇ ਪਿੰਡਾਂ ਨੂੰ ਵੀ ਇਹਨੇ ਨਿਗਲ ਲਿਆ ਹੈਗਾ ਤੇ ਇਸ ਦਾ ਜਿਹਦੀ ਨਸ਼ੇ ਦੇ ਸ਼ਿਕਾਰ ਹੋ ਕੇ ਆਹ ਜਿਹੜੀਆਂ ਸਾਡੇ ਨੌਜਵਾਨਾਂ ਦੀਆਂ ਮੌਤਾਂ ਇਹ ਵੱਡੀ ਪੱਧਰ 'ਤੇ ਹੋ ਰਹੀਆਂ ਅਤੇ ਇੱਥੇ ਵੀ ਆ ਪਿਛਲੇ ਦਿਨਾਂ ਦੇ ਵਿੱਚ ਫਤੂਹੀਵਾਲਾ ਦੇ ਵਿੱਚ ਇੱਕ ਘਰ ਦੇ ਵਿੱਚ ਜਿਹੜੇ ਦੇ ਪਵਨ ਸਿੰਘ ਉਹ ਮਜ਼ਦੂਰੀ ਕਰਦਾ ਸੀ ਉਹ ਆਪ ਤੁਰ ਗਿਆ ਉਹਦੇ ਘਰ ਵਾਲੀ ਆ ਵਿਧਵਾ ਉਹਦੇ 3 ਬੱਚੇ ਨੇ ਇੱਕ 21 ਸਾਲ ਦਾ ਚਾਨਣ ਸਿੰਘ ਇਦੋਂ 34 ਦਿਨ ਪਹਿਲਾਂ ਇਹ ਨਸ਼ੇ ਦਾ ਭੇਟ ਚੜ੍ਹ ਕੇ ਤੁਰ ਗਿਆ ਅਤੇ 34 ਦਿਨਾਂ ਬਾਅਦ ਉਹਦਾ ਦੂਜਾ ਮੁੰਡਾ ਜਿਹੜਾ ਹੈਗਾ 19 ਸਾਲ ਦਾ ਉਹ ਵੀ ਜਿਹੜਾ ਹੈਗਾ ਪਿਛਲੇ ਦਿਨਾਂ ਦੇ ਵਿੱਚ ਉਹਦਾ ਨਸ਼ੇ ਦਾ ਸ਼ਿਕਾਰ ਹੋ ਕੇ ਉਹ ਤੁਰ ਗਿਆ ਹੈਗਾ ਅਤੇ ਤੀਜਾ ਮੁੰਡਾ ਜਿਹੜਾ ਉਹਦੇ ਬਚਣ ਦੀ ਉਮੀਦ ਨਹੀਂ ਉਹ ਵੀ ਨਸ਼ੇ ਦੀ ਲਪੇਟ ਦੇ ਵਿੱਚ ਹੈ ਉਹਦੇ ਜਿਹੜਾ ਦਿਓਰ ਹੈਗਾ ਸਹੀ ਰਾਮ ਉਸ ਦਾ ਵੀ ਇੱਕ ਮੁੰਡੇ ਨੂੰ ਉੱਥੇ ਦਾਖਲ ਕਰਾਇਆ ਹੋਇਆ ਹੈਗਾ ਨਸ਼ਾ ਛਡਾਊ ਕੇਂਦਰ ਦੇ ਵਿੱਚ ਇਸ ਕਰਕੇ ਜਦੋਂ ਇੱਕ ਇੱਕ ਪਰਿਵਾਰ ਦੇ ਵਿੱਚ 3-3 ਜੀ ਤੁਰਨ ਜਾਣ ਮੌਤ ਦੇ ਮੂੰਹ 'ਚ ਜਾ ਪੈਣ ਤਾਂ ਇਹ ਜਿਹਦੀ ਬਹੁਤ ਵੱਡੀ ਸਾਡੀ ਸਮੱਸਿਆ ਬਣ ਗਈ ਇਸ ਕਰਕੇ ਇਸ ਗੱਲ ਨੂੰ ਲੈਂਦੇ ਹੋਏ ਦੋਹਾਂ ਪਿੰਡ ਵਾਸੀਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਗੱਲ ਨੂੰ ਸਮਝਿਆ ਕਿ ਜੇ ਇਹ ਹਵਾ ਸਾਡੇ ਜਿਹੜੀ ਅੱਗ ਹੈਗੀ ਆ ਇਹ ਐਂ ਫੈਲ ਗਈ ਤਾਂ ਸਾਡੇ ਘਰਾਂ ਨੂੰ ਵੀ ਸੇਕ ਲੱਗਣਾ ਇਸ ਕਰਕੇ ਇਹਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਾਰਿਆਂ ਨੇ ਇਸ ਨੂੰ ਦੋਹਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਮੈਂਬਰਾਂ ਸਰਪੰਚਾਂ ਨੇ ਮੌਜੂਦਾ ਨੇ ਸਾਬਕਾ ਨੇ ਕਿਸਾਨਾਂ ਨੇ ਮਜ਼ਦੂਰਾਂ ਨੇ ਨੌਜਵਾਨਾਂ ਨੇ ਵਿਦਿਆਰਥੀਆਂ ਨੇ ਸਭ ਨੇ ਜਿਹੜੀ ਇਸ ਮੁਹਿੰਮ ਦੇ ਵਿੱਚ ਹਿੱਸਾ ਪਾਇਆ ਅੱਜ